ਮੈਨੂੰ ਪਤਾ ਲੱਗਣਾ ਸ਼ੁਰੂ ਹੋਇਆ ਕਿ ਇਹ ਨਸ਼ੇ ਨੇ ਮੈਨੂੰ ਜਕੜ ਲਿਆ ਆ, ਮੇਰੀ ਮਜਬੂਰੀ ਬਣ ਗਿਆ ਆ। ਮੇਰੀ ਮਾਂ ਨੇ ਇਹ ਪਤਾ ਲੱਗਾ ਕਿ ਮੈਂ ਕੋਈ ਨਸ਼ਾ ਕਰਦੀ ਹਾਂ, ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਮੈਂ ਚਿੱਟਾ ਲਾਉਣ ਲੱਗ ਪਈ ਹਾਂ। ਅਤੇ ਮੇਰੀ ਮੰਮਾ ਨੇ ਉਸ ਟਾਈਮ ਮੈਨੂੰ ਇਹ ਕਹਿਤਾ ਸੀਗਾ ਕਿ ਜਾਂ ਮੈਂ ਤੇਰੇ ਜ਼ਹਿਰ ਦਾ ਟੀਕਾ ਲਾ ਲੈਣਾ ਜਾਂ ਮੈਂ ਆਪਣੇ ਲਾ ਲੈਣਾ। ਇੱਥੋਂ ਤੱਕ ਕਿ ਜਿਹੜੇ ਲੋਕਾਂ ਕੋਲ ਮੈਂ ਨਸ਼ਾ ਲੈਣ ਜਾਂਦੀ ਸੀ, ਉਹਨਾਂ ਨੇ ਵੀ ਮੇਰੀ ਇਸ ਚੀਜ਼ ਦਾ ਪੂਰਾ ਪੂਰਾ ਫਾਇਦਾ ਚੱਕਿਆ। ਉਹਨਾਂ ਨੇ ਮੇਰੀ ਰੂਹ ਅਤੇ ਮੇਰੇ ਜਿਸਮ ਨੂੰ ਬਿਲਕੁਲ, ਮੇਰੇ ਕੋਲ ਬਚਿਆ ਹੀ ਨਹੀਂ ਗਾ ਕੁਛ, ਪਰ ਹਲੇ ਇਦੋਂ ਵੀ ਜ਼ਿਆਦਾ ਟਾਈਮ ਖਰਾਬ ਆਉਣਾ ਬਾਕੀ ਸੀ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਕਿਰਨਦੀਪ, ਮੈਂ ਜਲੰਧਰ ਤੋਂ। ਇਹੀ ਨਾਮ ਰੱਖਿਆ ਸੀ ਮੇਰੇ ਘਰਦਿਆਂ ਨੇ ਮੇਰਾ, ਕਿਰਨਦੀਪ, ਪਰ ਲੋਕ ਮੈਨੂੰ ਨਸ਼ੇੜਨ, ਸਮੈਕਣ, ਬਲੈਕੀਏ ਇੱਦਾਂ ਕਰਕੇ ਬੁਲਾਉਣ ਲੱਗ ਪਏ। ਅੱਜ ਮੈਂ ਤੁਹਾਨੂੰ ਆਹੀ ਆਪਣੀ ਕਹਾਣੀ ਦੱਸੂੰਗੀ ਕਿ ਕਿੱਦਾਂ ਮੈਂ ਆਪਣਾ ਨਾਮ ਜੋ ਕਿ ਮੇਰੇ ਘਰਦਿਆਂ ਨੇ ਰੱਖਿਆ ਸੀ ਉਹ ਮੈਂ ਵਾਪਸ ਲਿਆ। ਕਿਉਂਕਿ ਮੈਂ ਇੱਕ ਇਕਲੌਤੀ ਬੇਟੀ ਸੀਗੀ ਘਰਦਿਆਂ ਦੀ, ਅਤੇ ਮੈਨੂੰ ਬਹੁਤ ਇਕੱਲਾਪਨ ਮਹਿਸੂਸ ਹੁੰਦਾ ਸੀਗਾ। ਅਤੇ ਉਹਦੇ ਤੋਂ ਬਾਅਦ ਵਿੱਚ ਸਕੂਲ ਵਿੱਚ ਫਰੈਂਡਸ ਜਿਹੜੇ ਹੁੰਦੇ ਸੀ ਉਹ ਮੈਨੂੰ ਬਹੁਤ ਇੰਪੋਰਟੈਂਸ ਦਿੰਦੇ ਸੀ, ਉਹ ਮੈਨੂੰ ਬਹੁਤ ਵਧੀਆ ਲੱਗਦੇ ਸੀਗੇ। ਫਿਰ ਜਦੋਂ ਮੈਂ ਟੀਨੇਜ ਵਿੱਚ ਆਈ, ਮੈਂ ਗਲਤ ਸੰਗਤ ਵਿੱਚ ਪੈ ਗਈ। ਗਲਤ ਸੰਗਤ ਵਿੱਚ ਪੈਣ ਤੋਂ ਭਾਵ ਕਿ ਉਹ ਲੋਕ ਜਿਹੜੇ ਕਿ ਨਸ਼ੇ ਕਰਦੇ ਸੀਗੇ, ਉਹ ਮੇਰੇ ਤੋਂ ਉਮਰ ਤੋਂ ਤਾਂ ਵੱਡੇ ਸੀਗੇ, ਬਟ ਮੈਨੂੰ ਬਹੁਤ ਜ਼ਿਆਦਾ ਇੰਪੋਰਟੈਂਸ ਮਿਲਦੀ ਸੀਗੀ। ਸਾਰੇ ਮੇਰੇ ਅੱਗੇ ਪਿੱਛੇ ਘੁੰਮਦੇ ਸੀ, ਮੈਨੂੰ ਉਹ ਚੀਜ਼ ਬਹੁਤ ਵਧੀਆ ਲੱਗਦੀ ਸੀਗੀ। ਇੱਦਾਂ ਹੀ ਕਰਦੇ ਕਰਦੇ ਮੈਂ ਵੀ ਉਹਨਾਂ ਨਾਲ ਬਹਿ ਕੇ ਨਸ਼ਾ ਸ਼ੁਰੂ ਕਰ ਦਿੱਤਾ। ਉਸ ਟਾਈਮ ਉਮਰ ਛੋਟੀ ਹੋਣ ਦੇ ਕਰਕੇ ਮੈਨੂੰ ਜ਼ਿਆਦਾ ਪਤਾ ਨਹੀਂ ਸੀ ਕਿ ਨਸ਼ੇ ਦੇ ਕੌਨਸੀਕੁਐਂਸ ਕੀ ਹੁੰਦੇ ਆ, ਕਿ ਨਸ਼ਾ ਸਾਡੀ ਜ਼ਿੰਦਗੀ 'ਤੇ ਕੀ ਪ੍ਰਭਾਵ ਪਾਉਂਦਾ ਆ। ਪਰ ਹੌਲੀ ਹੌਲੀ ਮੈਨੂੰ ਪਤਾ ਲੱਗਣਾ ਸ਼ੁਰੂ ਹੋਇਆ ਕਿ ਇਹ ਨਸ਼ੇ ਨੇ ਮੈਨੂੰ ਜਕੜ ਲਿਆ ਆ, ਮੇਰੀ ਮਜਬੂਰੀ ਬਣ ਗਿਆ ਆ। ਸ਼ੌਂਕ ਨਾਲ ਸ਼ੁਰੂ ਕੀਤੀ ਹੋਈ ਚੀਜ਼ ਇੱਕ ਮਜਬੂਰੀ ਬਣ ਚੁੱਕੀ ਆ ਮੇਰੀ। ਨਸ਼ੇ ਨੇ ਮੇਰੇ ਹਾਲਾਤ ਹੌਲੀ ਹੌਲੀ ਬਦਤੋਂ ਬਦਤਰ ਕਰਦੇ ਰਹੇ। ਘਰੇ ਪਤਾ ਲੱਗਣਾ ਸ਼ੁਰੂ ਹੋ ਗਿਆ। ਮੇਰੀ ਮਾਂ ਨੇ ਇਹ ਪਤਾ ਲੱਗਾ ਕਿ ਮੈਂ ਕੋਈ ਨਸ਼ਾ ਕਰਦੀ ਹਾਂ, ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਮੈਂ ਚਿੱਟਾ ਲਾਉਣ ਲੱਗ ਪਈ ਹਾਂ। ਬਟ ਫਿਰ ਵੀ ਮੇਰੀ ਮੰਮੀ ਨੇ ਮੈਨੂੰ ਸਮਝਾਇਆ ਕਿ ਤੂੰ ਪੁੱਤ ਜੋ ਵੀ ਕਰਦੀ ਆ ਤੂੰ ਨਾ ਕਰ, ਮੈਂ ਤੈਨੂੰ ਖੂਣਾ ਨਹੀਂ ਚਾਹੁੰਦੀ ਹੈਗੀ, ਇੱਦਾਂ ਹੁੰਦਾ ਆ ਨਸ਼ਾ ਕਰਨ ਵਾਲਿਆਂ ਨਾਲ, ਇੱਦਾਂ ਹੁੰਦਾ ਆ। ਪਰ ਮੈਂ ਨਹੀਂ ਉਹਨਾਂ ਦੀ ਸੁਣੀ, ਮੈਂ ਬਿਲਕੁਲ ਹੀ ਹੱਥੋਂ ਬਾਹਰ ਹੁੰਦੀ ਗਈ। ਫਿਰ ਥੋੜ੍ਹੇ ਟਾਈਮ ਬਾਅਦ ਜਦੋਂ ਮੇਰੀ ਡੋਜ਼ ਵੱਧਦੀ ਗਈ, ਮੇਰੀ ਸਟੱਡੀ ਛੁੱਟ ਗਈ, ਮੇਰਾ ਸਾਰਾ ਕੁਛ, ਮੈਂ ਨਰਸਿੰਗ ਵਿੱਚ ਐਡਮਿਸ਼ਨ ਲਈ ਸੀ, ਉਹ ਕਾਲਜ ਤੋਂ ਵੀ ਮੈਨੂੰ ਕੱਢ ਦਿੱਤਾ ਗਿਆ ਸਿਰਫ ਇੱਕ ਨਸ਼ੇ ਕਰਕੇ। ਉਸ ਤੋਂ ਬਾਅਦ ਵਿੱਚ ਮੇਰੇ ਹਾਲਾਤ ਇੰਨੇ ਜ਼ਿਆਦਾ ਬੁਰੇ ਹੋ ਗਏ ਕਿ ਸਰੀਰਕ ਪੱਖੋਂ ਵੀ ਮੇਰੀਆਂ ਬਿਲਕੁਲ ਇੰਜੈਕਸ਼ਨਾਂ ਨਾਲ ਬਿਲਕੁਲ ਹੀ ਨਾੜਾਂ ਬਿਲਕੁਲ ਖਤਮ ਹੋ ਗਈਆਂ। ਜਿੱਥੇ ਮੈਨੂੰ ਨਾੜ ਲੱਭਣੀ ਮੈਂ ਇੰਜੈਕਸ਼ਨ ਲਾਉਣਾ, ਜਿੱਥੇ ਵੀ ਲੱਭਣੀ ਮੈਂ ਇੰਜੈਕਸ਼ਨ ਲਾਉਣਾ। ਜਦੋਂ ਪੈਸੇ ਮੇਰੇ ਕੋਲ ਖਤਮ ਹੁੰਦੇ ਗਏ, ਫਿਰ ਮੈਂ ਲੋਕਾਂ ਦੇ ਮਿੰਨਤਾਂ ਕਰਨੀਆਂ ਸ਼ੁਰੂ ਕਰਤੀਆਂ, ਘਰੋਂ ਚੀਜ਼ਾਂ ਚੱਕਣੀਆਂ ਸ਼ੁਰੂ ਕਰ ਦਿੱਤੀਆਂ। ਫਿਰ ਮੈਂ ਜਾਣਾ, ਜਦੋਂ ਮੈਂ ਕਿਸੇ ਕੋਲ ਲੈਣ ਜਾਂਦੀ ਸੀਗੀ ਆਪਣਾ ਨਸ਼ਾ, ਅਤੇ ਉਹ ਨਜ਼ਰਾਂ ਲੋਕਾਂ ਦੀਆਂ ਉਹ ਮੈਨੂੰ ਅੰਦਰ ਤੱਕ ਚੀਰਦੀਆਂ ਸੀਗੀਆਂ, ਮੇਰੀ ਰੂਹ ਨੂੰ ਚੀਰਦੀਆਂ ਸੀਗੀਆਂ। ਪਰ ਮੇਰੀ ਮਜਬੂਰੀ ਜੋ ਕਿ ਨਸ਼ਾ ਆ ਉਹਦੇ ਕਰਕੇ ਮੈਨੂੰ ਫਿਰ ਵੀ ਜਾਣਾ ਪੈਂਦਾ ਸੀਗਾ। ਬਾਰ ਬਾਰ ਮੈਨੂੰ ਉਸੇ ਜਗ੍ਹਾ 'ਤੇ ਜਾਣਾ ਪੈਂਦਾ ਸੀ ਜਿੱਥੇ ਸ਼ਾਇਦ ਮੈਂ ਦੇਖਣਾ ਵੀ ਨਹੀਂ ਚਾਹੁੰਦੀ ਸੀ ਇੱਦਾਂ ਦੇ ਲੋਕਾਂ ਨੂੰ। ਇੱਕ ਕੁੜੀ ਹੋ ਕੇ ਮੈਂ ਨਸ਼ਾ ਕਰਨਾ ਪਹਿਲਾਂ ਸ਼ੁਰੂ ਕਰ ਦਿੱਤਾ ਆ, ਹੁਣ ਮੇਰੇ ਕੋਲ ਬਚਿਆ ਹੀ ਨਹੀਂ ਗਾ ਕੁਛ, ਪਰ ਹਲੇ ਇਦੋਂ ਵੀ ਜ਼ਿਆਦਾ ਟਾਈਮ ਖਰਾਬ ਆਉਣਾ ਬਾਕੀ ਸੀਗਾ। ਮੈਨੂੰ ਯਾਦ ਆ ਕਿ ਇੱਕ ਵਾਰੀ ਮੈਂ ਜਾ ਰਹੀ ਸੀ ਆਪਣਾ ਨਸ਼ਾ ਲੈਣ, ਸਵੇਰ ਬਹੁਤ ਠੰਡ ਦਾ ਟਾਈਮ, ਜਨਵਰੀ ਦਾ ਮਹੀਨਾ, ਇੰਨੀ ਠੰਡ ਵਿੱਚ ਮੈਂ ਘਰੋਂ ਆਪਣੇ ਸਕੂਟੀ ਚੱਕੀ, ਅਤੇ ਇੰਨੀ ਤੋੜ ਵਿੱਚ ਮੇਰੀਆਂ ਲੱਤਾਂ ਦਰਦ ਹੋ ਰਹੀਆਂ, ਮੇਰੀਆਂ ਬਾਹਾਂ, ਮੇਰੀਆਂ ਅੱਖਾਂ 'ਚੋਂ ਪਾਣੀ ਨਿਕਲ ਰਿਹਾ, ਮੇਰੇ ਨੱਕ 'ਚੋਂ ਪਾਣੀ ਨਿਕਲ ਰਿਹਾ ਆ, ਧੁੰਦ ਪਈ ਹੋਈ ਆ। ਮੈਂ ਜਾ ਰਹੀ ਹਾਂ ਆਪਣੇ ਘਰ ਤੋਂ 150 ਕਿਲੋਮੀਟਰ ਦੂਰ ਸਕੂਟੀ 'ਤੇ ਸਿਰਫ ਨਸ਼ਾ ਲੈਣ। ਜਾਂਦੇ ਜਾਂਦੇ ਰਸਤੇ ਵਿੱਚ ਇੱਕਦਮ ਮੇਰੇ ਮੂਹਰੇ ਇੱਕ ਗੱਡੀ ਆ ਜਾਂਦੀ ਆ, ਅਤੇ ਮੈਂ ਉਹਦੇ ਵਿੱਚ ਬਹੁਤ ਜ਼ੋਰ ਨਾਲ ਮੇਰੀ ਉਹਨਾਂ ਟੱਕਰ ਹੁੰਦੀ ਆ, ਅਤੇ ਮੈਂ ਡਿੱਗ ਜਾਂਦੀ ਹਾਂ। ਜਦੋਂ ਮੈਂ ਥੱਲੇ ਡਿੱਗ ਕੇ ਉੱਠ ਕੇ ਦੇਖਦੀ ਹਾਂ ਤਾਂ ਮੇਰੇ ਗੋਡਿਆਂ ਵਿੱਚੋਂ ਮੇਰੇ ਮੂੰਹ 'ਤੇ ਰਗੜਾਂ ਲੱਗੀਆਂ ਹੁੰਦੀਆਂ, ਖੂਨ ਨਿਕਲ ਰਿਹਾ ਹੁੰਦਾ ਆ। ਪਰ ਫਿਰ ਵੀ ਮੇਰਾ ਸਿਰਫ ਧਿਆਨ ਨਸ਼ੇ ਵੱਲ ਹੁੰਦਾ ਕਿ ਮੈਨੂੰ ਮੇਰਾ ਨਸ਼ਾ ਮਿਲ ਜਾਵੇ, ਕਿਸੇ ਤਰ੍ਹਾਂ ਮੈਂ ਉੱਥੇ ਤੱਕ ਪਹੁੰਚ ਜਾਵਾਂ। ਮੈਨੂੰ ਖੂਨ ਨਾਲ ਕੋਈ ਮਤਲਬ ਨਹੀਂ, ਮੈਨੂੰ ਇਹ ਨਹੀਂ ਕੋਈ ਮਤਲਬ ਕਿ ਮੇਰੇ ਸੱਟਾਂ ਲੱਗੀਆਂ ਹੋਈਆਂ ਆ, ਕਿਸੇ ਚੀਜ਼ ਨਾਲ ਮੈਨੂੰ ਉਸ ਟਾਈਮ 'ਤੇ ਕੋਈ ਮਤਲਬ ਨਹੀਂ ਸੀਗਾ। ਲੋਕ ਮੈਨੂੰ ਕਹਿ ਰਹੇ ਸੀ ਤੁਹਾਨੂੰ ਦਵਾਈ ਦਵਾ ਦਈਏ, ਉੱਥੇ ਬੱਚੇ ਸੀ ਸਕੂਲ ਦੇ, ਉਹ ਸਕੂਲ ਦਾ ਜਾਣ ਦਾ ਟਾਈਮ ਸੀ, ਉੱਥੇ ਬੱਚੇ ਸੀ, ਕਾਲਜ ਸਟੂਡੈਂਟ ਸੀਗੇ ਰੋਡ 'ਤੇ, ਉਹਨਾਂ ਨੇ ਮੈਨੂੰ ਕਿਹਾ ਕਿ ਤੁਹਾਡੇ ਦਵਾਈ ਲਵਾ ਦਿਓ। ਮੈਂ ਕਿਹਾ ਨਹੀਂ, ਮੈਂ ਇੱਦਾਂ ਹੀ ਖੂਨ ਵਗਦੇ ਵਿੱਚ ਉੱਥੇ ਤੱਕ ਮੈਂ ਪਹੁੰਚੀ ਜਿੱਥੇ ਮੈਂ ਨਸ਼ਾ ਲੈਣਾ ਸੀਗਾ।
ਇੰਨੇ ਇਸ ਹਾਲਾਤਾਂ 'ਚੋਂ ਵੀ ਮੈਂ ਉੱਥੇ ਪਹੁੰਚੀ ਕਿ ਮੈਨੂੰ ਸਿਰਫ ਨਸ਼ਾ ਚਾਹੀਦਾ। ਉੱਥੇ ਜਾ ਕੇ ਵੀ ਮੈਂ ਉਹਨਾਂ ਦੇ ਦਰਵਾਜ਼ੇ ਮੂਹਰੇ ਜਾ ਕੇ ਵੀ ਮੈਂ ਉੱਥੇ ਡਿੱਗੀ ਹਾਂ, ਕਿਉਂਕਿ ਮੇਰੇ ਕੋਲ ਇੰਨੀ ਪੇਨ ਹੋ ਰਹੀ ਸੀਗੀ ਠੰਡ ਦੇ ਕਰਕੇ। ਅਤੇ ਮੈਂ ਉਹਨੂੰ ਵੀ ਇਨਸਾਨ ਨੂੰ ਜਾ ਕੇ ਇਹੀ ਕਿਹਾ ਕਿ ਪਹਿਲਾਂ ਮੈਨੂੰ ਨਾ ਸਮਾਨ ਲਵਾ, ਉਸ ਤੋਂ ਬਾਅਦ 'ਚ ਮੈਂ ਕੋਈ ਗੱਲ ਕਰੂੰਗੀ, ਮੇਰੇ ਬਹੁਤ ਪੇਨ। ਉਹਨੇ ਵੀ ਮੈਨੂੰ ਇਹੀ ਕਿਹਾ ਤੂੰ ਪੱਟੀ ਕਰਾ ਲਾ, ਤੇਰੇ ਬਲੱਡ ਨਿਕਲ ਰਿਹਾ ਆ। ਪਰ ਨਹੀਂ, ਐਕਚੁਅਲੀ ਨਸ਼ਾ ਮੇਰਾ ਮਾਂ ਬਣ ਚੁੱਕੀ ਸੀ ਉਸ ਟਾਈਮ ਤੱਕ। ਮੇਰਾ ਪਿਓ, ਮੇਰਾ ਭੈਣ, ਮੇਰਾ ਭਰਾ, ਸਾਰਾ ਕੁਛ ਨਸ਼ਾ ਹੀ ਬਣ ਚੁੱਕਾ ਸੀਗਾ। ਮੇਰੀ ਮਾਂ ਨੂੰ ਇੱਦਾਂ ਲੱਗਦਾ ਸੀਗਾ ਕਿ ਸ਼ਾਇਦ ਉਹਦੀ ਹੁਣ ਬਾਕੀ ਦੀ ਜ਼ਿੰਦਗੀ ਸੜਕਾਂ 'ਤੇ ਮੈਨੂੰ ਲੱਭਦੀ ਦੀ ਬੀਤ ਜਾਣੀ ਆ। ਕਿਉਂਕਿ ਇੱਕ ਦਿਨ ਮੈਂ ਘਰੋਂ ਰਾਤ ਦੇ 12 ਵਜੇ ਸਕੂਟੀ ਚੱਕੀ ਆ, ਮੈਨੂੰ ਨਹੀਂ ਪਤਾ ਮੈਂ ਕਿੱਥੇ ਜਾਣਾ ਸੀਗਾ। ਮੈਂ ਜ਼ਿਆਦਾ ਨਸ਼ਾ ਕੀਤਾ ਹੋਇਆ ਸੀਗਾ, ਘਰੋਂ 1.5 ਕਿਲੋਮੀਟਰ ਬਾਹਰ ਜਾ ਕੇ ਮੈਂ ਸੜਕ 'ਤੇ ਡਿੱਗੀ ਪਈ ਸੀਗੀ। ਅਤੇ ਮੇਰੀ ਮੰਮਾ ਨੂੰ ਪਤਾ ਵੀ ਨਹੀਂ ਸੀ ਮੈਂ ਕਿੱਥੇ ਆ। ਜਦੋਂ ਕਿਸੇ ਨੇ ਦੇਖਿਆ ਉੱਥੇ ਸੜਕ 'ਤੇ ਜਾਂਦੇ ਕਿਸੇ ਬੰਦੇ ਨੇ ਦੇਖਿਆ ਕਿ ਇੱਥੇ ਕੋਈ ਕੁੜੀ ਡਿੱਗੀ ਪਈ ਆ, ਉਹਨਾਂ ਨੇ ਫੋਨ ਕੀਤਾ 100 ਨੰਬਰ 'ਤੇ, ਅਤੇ ਪੁਲਿਸ ਵਾਲੇ ਮੈਨੂੰ ਚੱਕ ਕੇ ਸਿਵਲ ਹਸਪਤਾਲ ਲੈ ਕੇ ਗਏ। ਅਤੇ 1.5 ਦਿਨ ਤੱਕ ਮੇਰੀ ਮਾਂ ਲੱਭਦੀ ਰਹੀ ਮੈਨੂੰ ਕਿ ਪਤਾ ਨਹੀਂ ਮੇਰੀ ਕੁੜੀ ਕਿੱਥੇ ਗਈ ਆ, ਕਿਉਂਕਿ ਮੇਰੇ ਕੋਈ ਫੋਨ ਨਹੀਂ ਸੀ, ਕੁਛ ਨਹੀਂ ਸੀ, ਸਾਰਾ ਕੁਛ ਘਰੇ ਸੀਗਾ ਪਿਆ। ਸਿਵਲ ਹਸਪਤਾਲ ਜਦੋਂ ਮੈਨੂੰ ਥੋੜ੍ਹੀ ਹੋਸ਼ ਆਈ, ਉਦੋਂ ਉਹਨਾਂ ਨੇ ਮੇਰੀ ਮੰਮੀ ਦਾ ਨੰਬਰ ਮੰਗਿਆ ਮੇਰੇ ਤੋਂ। ਮੈਨੂੰ ਥੋੜ੍ਹਾ ਥੋੜ੍ਹਾ ਯਾਦ ਹੈ ਕਿ ਮੇਰੀ ਮੰਮੀ ਆਈ ਅਤੇ ਮੇਰੇ ਮੰਮਾ ਗਲੇ ਲੱਗ ਕੇ ਰੋਣ ਲੱਗ ਪਏ ਸੀ, ਕਿਉਂਕਿ 1.5 ਦਿਨ ਦੇ ਟਾਈਮ ਵਿੱਚ ਉਹਨਾਂ ਨੂੰ ਇੱਦਾਂ ਲੱਗਣ ਲੱਗ ਪਿਆ ਸੀ ਕਿ ਸ਼ਾਇਦ ਮੇਰੀ ਮੌਤ ਹੋ ਚੁੱਕੀ ਆ, ਸ਼ਾਇਦ ਮੇਰੀ ਮਾਂ ਨੇ ਮੈਨੂੰ ਗਵਾ ਲਿਆ ਆ। ਮੈਨੂੰ ਅੱਜ ਵੀ ਯਾਦ ਆ ਕਿ ਮੇਰੇ ਮੰਮਾ ਮੇਰੇ ਨਾਲ ਕਿੰਨਾ ਪਿਆਰ ਕਰਦੇ ਆ। ਉਹਨਾਂ ਨੇ ਇੰਨੀ ਵਾਰੀ ਮੈਨੂੰ ਮੌਤ ਦੇ ਲਾਗਿਓਂ ਮੁੜ ਕੇ ਆਉਂਦੇ ਦੇਖਿਆ ਆਪਣੀ ਅੱਖਾਂ ਸਾਹਮਣੇ। ਮੈਂ ਇੰਜੈਕਸ਼ਨ ਲਾਇਆ ਅਤੇ ਵਾਸ਼ਰੂਮ 'ਚ ਗਈ ਅਤੇ ਮੈਨੂੰ ਇੱਦਾਂ ਲੱਗ ਰਿਹਾ ਸੀ ਕਿ ਮੈਨੂੰ ਨਸ਼ਾ ਨਹੀਂ ਹੋਇਆ। ਫਿਰ ਮੈਂ ਇੱਕ ਇੰਜੈਕਸ਼ਨ ਲਾਇਆ, ਫਿਰ ਮੈਨੂੰ ਇੱਦਾਂ ਲੱਗਾ ਕਿ ਨਹੀਂ ਯਾਰ, ਮੈਨੂੰ ਨਸ਼ਾ ਨਹੀਂ ਹੋਇਆ ਹੈਗਾ, ਮੈਂ ਕੀ ਕਰਾਂ। ਕਿਉਂਕਿ ਹਾਲਾਤ ਉੱਥੇ ਆ ਗਏ ਸੀ ਕਿ ਮੈਂ ਸਿਰਫ ਮਰਨ ਲਈ ਨਸ਼ਾ ਕਰਨਾ ਸ਼ੁਰੂ ਕਰਤਾ ਸੀ ਅਤੇ 1-2 ਇੰਜੈਕਸ਼ਨ ਨਾਲ ਮੈਨੂੰ ਕੁਛ ਨਹੀਂ ਹੁੰਦਾ ਸੀਗਾ, ਕਿਉਂਕਿ ਮੈਂ ਮਰਨਾ ਹੀ ਚਾਹੁੰਦੀ ਸੀਗੀ। ਫਿਰ ਮੈਂ ਇੰਜੈਕਸ਼ਨ ਲਾਇਆ, ਫਿਰ ਵੀ ਮੈਨੂੰ ਲੱਗਾ ਕਿ ਨਹੀਂ, ਕੁਛ ਨਹੀਂ ਹੋਇਆ। ਇੱਕਦਮ ਮੈਂ ਜਦੋਂ ਉੱਠੀ ਹਾਂ ਵਾਸ਼ਰੂਮ 'ਚ, ਅਤੇ ਮੇਰੀਆਂ ਅੱਖਾਂ ਮੂਹਰੇ ਇੱਕਦਮ ਹਨੇਰਾ ਆ ਗਿਆ। ਉਸ ਟਾਈਮ ਮੇਰੇ ਦਿਲ 'ਚੋਂ ਇੱਕੋ ਆਵਾਜ਼ ਆਈ ਕਿ ਮੈਂ ਸਾਰਾ ਕੁਛ ਮੇਰਾ ਖਤਮ ਹੋ ਰਿਹਾ ਹੁਣ। ਮੈਂ ਇੱਕ ਵਾਰੀ ਆਪਣੀ ਮਾਂ ਨੂੰ ਮਰਨ ਲੱਗੀ ਹਾਂ, ਮੈਂ ਮੌਤ ਮੇਰੇ ਬਹੁਤ ਲੱਗ ਗਿਆ, ਮੈਂ ਆਪਣੀ ਮਾਂ ਨੂੰ ਇੱਕ ਵਾਰੀ ਘੁੱਟ ਕੇ ਜੱਫੀ ਪਾ ਲਵਾਂ। ਜਿੱਦਾਂ ਕਿੱਦਾਂ ਕਰਕੇ ਮੈਂ ਦਰਵਾਜ਼ਾ ਖੋਲ੍ਹਿਆ ਅਤੇ ਵਾਸ਼ਰੂਮ ਦਾ, ਮੈਂ ਚੀਕਾਂ ਮਾਰਨੀਆਂ ਸ਼ੁਰੂ ਕਰਤੀਆਂ ਕਿ ਮੰਮਾ ਮਰਨ ਲੱਗੀ ਹਾਂ, ਕਿੱਥੇ ਹੋ, ਕਿੱਥੇ ਹੋ। ਮੈਨੂੰ ਯਾਦ ਆ, ਥੋੜ੍ਹਾ ਜਿਹਾ ਯਾਦ ਆ ਕਿ ਮੇਰੀ ਮੰਮਾ ਪੌੜੀਆਂ ਵਿੱਚੋਂ ਦੌੜੇ ਆ ਰਹੇ ਸੀ ਮੇਰੇ ਵੱਲ ਨੂੰ, ਮੇਰੇ ਮੰਮਾ ਪਾਪਾ ਦੋਨੋਂ। ਅਤੇ ਉਸ ਤੋਂ ਬਾਅਦ ਵਿੱਚ ਮੈਨੂੰ ਕੁਛ ਵੀ ਯਾਦ ਨਹੀਂ। ਪਰ ਜਦੋਂ ਮੇਰੀ ਥੋੜ੍ਹੇ ਟਾਈਮ ਬਾਅਦ ਅੱਖ ਖੁੱਲ੍ਹੀ ਅਤੇ ਮੈਂ ਆਪਣੀ ਮੰਮੀ ਦੀ ਇੱਦਾਂ ਗੋਦੀ ਵਿੱਚ ਪਈ ਹੋਈ ਸੀਗੀ ਅਤੇ ਜਦੋਂ ਮੈਂ ਅੱਖਾਂ ਖੋਲ੍ਹੀਆਂ ਨਾ, ਤਾਂ ਮੇਰੀ ਮੰਮਾ ਦਾ ਇੱਦਾਂ ਸਾਹਮਣੇ ਚਿਹਰਾ ਸੀ ਮੇਰੇ। ਮੈਂ ਆਪਣੀ ਮੰਮਾ ਨੂੰ ਦੇਖ ਕੇ ਸਿਰਫ ਇਹੀ ਇੱਕੋ ਗੱਲ ਕਹੀ ਸੀ ਕਿ ਮੈਂ ਬਚ ਗਈ। ਅਤੇ ਮੈਂ ਉਦੋਂ ਇੰਨਾ ਕਹਿ ਕੇ ਮੈਂ ਆਪਣੀ ਮੰਮਾ ਨੂੰ ਗਲੇ ਲਾ ਲਿਆ, ਆਪਣੇ ਪਾਪਾ ਨੂੰ ਗਲੇ ਲਾ ਲਿਆ, ਕਿਉਂਕਿ ਉਸ ਦਿਨ ਤਾਂ ਸੀਰੀਅਸਲੀ ਮੈਨੂੰ ਇੱਦਾਂ ਲੱਗਾ ਸੀ ਕਿ ਮੈਂ ਬਚਣਾ ਹੀ ਨਹੀਂ ਗਾ। ਅਤੇ ਜੇ ਮੈਂ ਬਚ ਵੀ ਗਈ ਹਾਂ, ਮੈਂ ਕਿਉਂ ਬਚ ਗਈ ਹਾਂ, ਕਿਉਂਕਿ ਮੇਰੇ ਕੋਲ ਕੁਛ ਵੀ ਹੈ ਨਹੀਂ ਗਾ ਸਾਂਭਣ ਨੂੰ, ਮੈਂ ਕਾਹਦੇ ਲਈ ਬਚ ਗਈ ਹਾਂ। ਉਸ ਤੋਂ ਬਾਅਦ ਵਿੱਚ ਜਦੋਂ ਬਿਲਕੁਲ ਹੀ ਨਸ਼ਾ ਡੋਜ਼ ਵੱਧਦੀ ਗਈ ਹੌਲੀ ਹੌਲੀ, ਹਾਲਾਤ ਜਿੱਦਾਂ ਹੀ ਖਰਾਬ ਹੁੰਦੇ ਗਏ, ਡੋਜ਼ ਵੱਧਦੀ ਗਈ ਵੱਧਦੀ ਗਈ, ਇੱਦਾਂ ਦਾ ਟਾਈਮ ਆ ਗਿਆ ਕਿ ਪੈਸਿਆਂ ਵੱਲੋਂ ਹਰ ਬੰਨਿਓ ਮੈਂ ਬਿਲਕੁਲ ਖਤਮ ਹੁੰਦੀ ਜਾ ਰਹੀ ਸੀ। ਫਿਰ ਮੈਂ ਵੇਚਣਾ ਸ਼ੁਰੂ ਕਰ ਦਿੱਤਾ ਨਸ਼ਾ। ਜਦੋਂ ਮੈਂ ਨਸ਼ਾ ਵੇਚਣਾ ਸ਼ੁਰੂ ਕਰ ਦਿੱਤਾ, ਮੈਨੂੰ ਲੱਗਿਆ ਸੀ ਹੁਣ ਮੇਰੇ ਕੋਲ ਪੈਸਿਆਂ ਦੀ ਕਮੀ ਨਹੀਂ ਆਊਗੀ ਕਦੀ ਵੀ, ਮੇਰੀ ਡੋਜ਼ 'ਚ ਪ੍ਰੋਬਲਮ ਨਹੀਂ ਆਊਗੀ, ਜਿੰਨਾ ਨਸ਼ਾ ਮੈਂ ਚਾਹਵਾਂ ਮੈਂ ਕਰ ਸਕਦੀ ਹਾਂ, ਵਧੀਆ ਚੱਲ ਰਿਹਾ ਹੈ। ਹਾਂ, ਨਸ਼ੇ ਦੀ ਪੂਰਤੀ ਤਾਂ ਮੇਰੀ ਹੋ ਹੀ ਰਹੀ ਆ। ਪਰ ਉਸ ਤੋਂ ਬਾਅਦ ਵਿੱਚ ਬਿਲਕੁਲ ਇੱਦਾਂ ਹੋ ਗਿਆ ਸੀਗਾ ਕਿ ਅੱਗੇ ਤਾਂ ਚਲੋ ਮੈਨੂੰ ਲੋਕ ਕਹਿੰਦੇ ਸੀਗੇ, ਠੀਕ ਆ, ਰਿਸ਼ਤੇਦਾਰ ਕਹਿੰਦੇ ਸੀ, ਹੁਣ ਤਾਂ ਇੱਦਾਂ ਹੋ ਗਿਆ ਸੀ ਕਿ ਪ੍ਰਸ਼ਾਸਨ ਵੀ ਮੇਰੇ ਪਿੱਛੇ ਪੈ ਗਿਆ ਸੀਗਾ। ਉਹ ਵੀ ਮੈਨੂੰ ਲੱਭਣਾ ਸ਼ੁਰੂ ਕਰ ਦਿੱਤਾ ਸੀਗਾ ਕਿ ਕੁੜੀ ਹੈਗੀ ਆ ਨਸ਼ਾ ਵੇਚਦੀ ਕਿੱਥੇ ਆ। ਅਤੇ ਮੇਰੀ ਮੰਮਾ ਨੇ ਉਸ ਟਾਈਮ ਮੈਨੂੰ ਇਹ ਕਹਿ ਦਿੱਤਾ ਸੀਗਾ ਕਿ ਜਾਂ ਮੈਂ ਤੇਰੇ ਜ਼ਹਿਰ ਦਾ ਟੀਕਾ ਲਾ ਲੈਣਾ ਜਾਂ ਮੈਂ ਆਪਣੇ ਲਾ ਲੈਣਾ, ਤੂੰ ਮੈਨੂੰ ਚਾਹੀਦੀ ਨਹੀਂ ਹੈਗੀ ਇਸ ਘਰ ਦੇ ਵਿੱਚ। ਕਿੰਨੀ ਵਾਰੀ ਇੱਦਾਂ ਹੁੰਦਾ ਸੀ ਕਿ ਮੈਂ ਖੜੀ ਪੱਖੇ ਵੱਲ ਚੁੰਨੀ ਬੰਨ੍ਹ ਕੇ ਦੇਖਦੀ ਰਹਿੰਦੀ ਸੀ, ਕਦੀ ਬੈੱਡ 'ਤੇ ਚੜ੍ਹਦੀ ਸੀਗੀ, ਫਿਰ ਉੱਤਰਦੀ ਸੀ, ਫਿਰ ਚੜ੍ਹਦੀ ਸੀ, ਦੇਖਦੀ ਸੀ ਚੁੰਨੀ ਵੱਲ, ਫਿਰ ਉੱਤਰ ਜਾਂਦੀ ਸੀਗੀ। ਅਤੇ ਮੇਰੀ ਮੰਮਾ ਨਾ ਬਾਹਰ ਜਿੱਦਾਂ ਦਰਵਾਜ਼ਾ ਖੜਕਾਉਂਦੇ ਹੁੰਦੇ ਸੀ, ਉਹਨਾਂ ਨੂੰ ਲੱਗਦਾ ਸੀ ਸ਼ਾਇਦ ਮੈਂ ਅੰਦਰ ਨਸ਼ਾ ਕਰ ਰਹੀ ਹਾਂ। ਫਿਰ ਮੈਂ ਖੜੀ ਹੁੰਦੀ, ਜਦੋਂ ਮੰਮਾ ਦੀ ਆਵਾਜ਼ ਆਉਣੀ, ਫਿਰ ਮੈਂ ਥੱਲੇ ਉੱਤਰ ਜਾਣਾ ਕਿ ਮੇਰੀ ਮੰਮਾ ਕੋਈ ਨਹੀਂ ਹੈਗਾ ਹੋਰ, ਕਿ ਜੇ ਮੈਂ ਮਰ ਗਈ ਤਾਂ ਮੇਰੀ ਮੰਮਾ ਦਾ ਕੀ ਹੋਊਗਾ, ਨਾ ਫਾਹਾ ਲੈਣ ਦੀ ਹਿੰਮਤ ਪੈਣੀ ਅਤੇ ਨਾ ਹੀ ਜੀਣ ਦੀ। ਇਹ ਹਾਲਾਤ ਹੋ ਗਏ ਸੀ, ਨਾ ਮੈਂ ਜੀਣ ਦਿਆਂ ਵਿੱਚ ਸੀ, ਨਾ ਮੈਂ ਮਰਿਆਂ ਵਿੱਚ ਸੀਗੀ। ਫਿਰ ਮੈਂ
ਇੰਨੀ ਜ਼ਿਆਦਾ ਇੰਜੈਕਸ਼ਨ ਵਿੱਚ ਡੋਜ਼ ਵਧਾ ਤੀ ਕਿ ਅੱਜ ਸੁੱਤੀ ਪਈ ਰਹਿ ਜੂੰਗੀ, ਅੱਜ ਰਹਿ ਜੂੰਗੀ, ਅੱਜ ਰਹਿ ਜੂੰਗੀ। ਇਸ ਦੌਰਾਨ ਅਚਾਨਕ ਮੇਰੇ ਫਾਦਰ ਦੀ ਡੈਥ ਹੋ ਗਈ। ਜਦੋਂ ਮੇਰੇ ਫਾਦਰ ਦੀ ਡੈਥ ਹੋਈ, ਮੇਰੇ ਮੰਮਾ ਥੋੜ੍ਹੇ ਬਹੁਤ ਜਿਹੜਾ ਉਹਨਾਂ ਨੂੰ ਸਹਾਰਾ ਸੀ ਉਹ ਵੀ ਉਹਨਾਂ ਦਾ ਚਲੇ ਗਿਆ। ਮੇਰੇ ਮੰਮਾ ਬਿਲਕੁਲ ਹੀ ਟੁੱਟ ਗਏ। ਫਿਰ ਉਹਨਾਂ ਨੇ ਮੈਨੂੰ ਕਿਹਾ ਕਿ ਮੈਂ ਤੈਨੂੰ ਇੱਕ ਮੌਕਾ ਹੋਰ ਦਿੰਦੀ ਹਾਂ, ਠੀਕ ਹੋ ਜਾ, ਮੇਰੇ ਕੋਲ ਕੁਛ ਨਹੀਂ ਬਚਿਆ, ਸਿਰਫ ਤੂੰ ਆ ਮੇਰਾ ਪਰਿਵਾਰ, ਤੂੰ ਮੇਰਾ ਸਾਰਾ ਕੁਛ ਆ, ਪਲੀਜ਼ ਤੂੰ ਠੀਕ ਹੋ ਜਾ, ਕੁਛ ਕਰ, ਹੋ ਜਾ ਠੀਕ। ਉਸ ਚੀਜ਼ ਤੋਂ ਮੈਨੂੰ ਇੱਦਾਂ ਲੱਗਣਾ ਸ਼ੁਰੂ ਹੋ ਗਿਆ ਕਿ ਮੇਰਾ ਜਨਮ ਹੀ ਕਿਉਂ ਹੋਇਆ, ਕਿ ਮੈਂ ਪੈਦਾ ਹੀ ਕਿਉਂ ਹੋਈ। ਜੇ ਮੈਂ ਪੈਦਾ ਹੋਈ ਹਾਂ ਤਾਂ ਮੈਂ ਕੁੜੀ ਕਿਉਂ ਹਾਂ? ਜੇ ਮੈਂ ਕੁੜੀ ਹੈਗੀ ਹਾਂ ਤਾਂ ਮੈਂ ਨਸ਼ਾ ਕਿਉਂ ਸ਼ੁਰੂ ਕੀਤਾ? ਕਿ ਹੁਣ ਮੈਂ ਛੱਡ ਵੀ ਨਹੀਂ ਪਾ ਰਹੀ ਸਿਰਫ ਇਸੇ ਰੀਜ਼ਨ ਕਰਕੇ ਕਿ ਮੈਂ ਇੱਕ ਕੁੜੀ ਹਾਂ ਤਾਂ ਮੈਨੂੰ ਲੋਕ ਕੁਛ ਨਹੀਂ ਮੰਨ ਰਹੇ ਹੈਗੇ ਅਤੇ ਨਾ ਹੀ ਮੇਰਾ ਕੋਈ ਸਾਥ ਦੇਣ ਨੂੰ ਤਿਆਰ ਆ। ਇੱਥੋਂ ਤੱਕ ਕਿ ਜਿਹੜੇ ਲੋਕਾਂ ਕੋਲ ਮੈਂ ਨਸ਼ਾ ਲੈਣ ਜਾਂਦੀ ਸੀ ਉਹਨਾਂ ਨੇ ਵੀ ਮੇਰੀ ਇਸ ਚੀਜ਼ ਦਾ ਪੂਰਾ ਪੂਰਾ ਫਾਇਦਾ ਚੱਕਿਆ। ਉਹਨਾਂ ਨੇ ਮੇਰੀ ਮਜਬੂਰੀ ਨੂੰ, ਮੇਰੀ ਕਮਜ਼ੋਰੀ ਨੂੰ ਮੇਰੇ ਅਗੇਂਸਟ ਯੂਜ਼ ਕੀਤਾ। ਉਹਨਾਂ ਨੇ ਮੇਰੀ ਰੂਹ ਅਤੇ ਮੇਰੇ ਜਿਸਮ ਨੂੰ ਬਿਲਕੁਲ ਲੋਕਾਂ ਨੇ ਮੇਰੀ ਮਜਬੂਰੀ ਦਾ ਫਾਇਦਾ ਚੱਕਿਆ। ਠੀਕ ਆ, ਹਰ ਕਿਸੇ ਨੂੰ ਇਹ ਲੱਗਦਾ ਸੀਗਾ ਕਿ ਹਾਂ ਯਾਰ ਇਹਨੂੰ ਨਸ਼ਾ ਦੇ ਦਿਓ, ਠੀਕ ਆ, ਇਹ ਇੰਨੀ ਮਜਬੂਰ ਆ ਨਸ਼ੇ ਕਿ ਇਹ ਕੁਛ ਵੀ ਕਰੂਗੀ। ਮੈਂ ਆਪਣੀ ਅਣਖ, ਆਪਣਾ ਜ਼ਮੀਰ, ਸਾਰਾ ਕੁਛ ਮਾਰ ਕੇ ਮੈਂ ਆਪਣੇ ਗੋਡੇ ਟੇਕ ਚੁੱਕੀ ਸੀ ਆਪਣੇ ਨਸ਼ੇ ਅੱਗੇ, ਕਿਉਂਕਿ ਮੇਰੇ ਕੋਲ ਹੋਰ ਕੋਈ ਚਾਰਾ ਨਹੀਂ ਸੀਗਾ। ਮੈਂ ਚਾਹੁੰਦੀ ਸੀ ਠੀਕ ਹੋਣਾ, ਮੈਂ ਚਾਹੁੰਦੀ ਸੀ ਮੈਂ ਨੋਰਮਲ ਜ਼ਿੰਦਗੀ ਜੀਵਾਂ, ਪਰ ਮੈਨੂੰ ਕੋਈ ਰਸਤਾ ਨਹੀਂ ਮਿਲ ਰਿਹਾ ਸੀ, ਮੈਨੂੰ ਸਮਝ ਨਹੀਂ ਆ ਰਹੀ ਸੀ ਮੈਂ ਕਿੱਦਾਂ ਜੀਵਾਂ। ਅਤੇ ਉੱਧਰ ਮੇਰੀ ਮਾਂ ਇਹ ਸੋਚਦੀ ਸੀਗੀ ਕਿ ਇੱਦੋਂ ਚੰਗਾ ਇਹ ਮਾਰੀ ਜਾਵੇ, ਜਦੋਂ ਉਹਨਾਂ ਨੂੰ ਇੱਦਾਂ ਦਾ ਕੁਛ ਵੀ ਲੱਗਦਾ ਸੀਗਾ। ਉਹਨਾਂ ਨੇ ਫਿਰ ਇੱਕ ਅਖੀਰਲਾ ਕਦਮ ਚੁੱਕਿਆ, ਉਹਨਾਂ ਨੂੰ ਲੱਗਿਆ ਕਿ ਮੈਂ ਆਪਣੇ ਘਰ ਵਾਲੇ ਨੂੰ ਖੋ ਚੁੱਕੀ ਹਾਂ ਪਰ ਮੈਂ ਆਪਣੀ ਧੀ ਨੂੰ ਨਹੀਂ ਖੋਣਾ ਚਾਹੁੰਦੀ। ਇਸ ਕਰਕੇ ਉਹਨਾਂ ਨੇ ਮੈਨੂੰ ਇੱਕ ਰੀਹੈਬ ਵਿੱਚ ਦਾਖਲ ਕਰਾਇਆ। ਉੱਥੇ ਜਦੋਂ ਮੈਂ ਰੀਹੈਬ ਗਈ, ਉੱਥੇ ਵੀ ਮੈਂ ਇਹੀ ਸੋਚਦੀ ਸੀਗੀ ਕਿ ਮੈਂ ਜਾ ਕੇ ਕੀ ਕਰਨਾ ਹੈਗਾ ਆ, ਮੈਂ ਤਾਂ ਜਾ ਕੇ ਆਪਣੀ ਮੰਮੀ ਨੂੰ ਕੁੱਟੂੰਗੀ, ਕਿੱਦਾਂ ਮੈਨੂੰ ਰੀਹੈਬ 'ਚ ਦਾਖਲ ਕਰਾਇਆ ਜਦ ਮੈਂ ਛੱਡਣਾ ਹੀ ਨਹੀਂ ਹੈਗਾ, ਮੈਂ ਛੱਡਾਂ ਕਿਉਂ, ਇਹਨਾਂ ਨੂੰ ਨਹੀਂ ਸਮਝ ਆਉਣੀ ਹੈਗੀ। ਪਰ ਥੋੜ੍ਹੇ ਟਾਈਮ ਬਾਅਦ ਜਦੋਂ 2-3 ਮਹੀਨੇ ਹੋਏ, ਜਦੋਂ ਮੈਂ ਉੱਥੇ ਜਿਹੜੇ ਸਾਨੂੰ ਸਮਝਾਉਂਦੇ ਸੀ ਉੱਥੇ ਕਾਉਂਸਲਰ ਸੀ, ਜਦੋਂ ਮੈਂ ਉਹਨਾਂ ਨਾਲ ਗੱਲ ਕੀਤੀ ਤਾਂ ਮੈਂ ਦੇਖਿਆ ਕਿ ਉਹਨਾਂ ਦੀ ਕਹਾਣੀ ਵੀ ਮੇਰੇ ਵਰਗੀ ਸੀਗੀ ਅਤੇ ਅੱਜ ਉਹ ਬੜੀ ਵਧੀਆ ਜ਼ਿੰਦਗੀ ਜੀ ਰਹੇ ਆ। ਕਿਤੇ ਨਾ ਕਿਤੇ ਇੱਕ ਥੋੜ੍ਹੀ ਜਿਹੀ ਮੈਨੂੰ ਹੋਪ ਮਿਲੀ ਸੀ ਕਿ ਯਾਰ ਸ਼ਾਇਦ ਮੈਂ ਵੀ ਹੋ ਸਕਦੀ ਹਾਂ ਇਹਨਾਂ ਵਰਗੀ। ਉਹ ਤੋਂ ਬਾਅਦ ਵਿੱਚ ਜਿੱਦਾਂ ਜਿੱਦਾਂ ਥੋੜ੍ਹਾ ਉੱਥੇ ਰੀਹੈਬ ਵਿੱਚ ਮੇਰਾ ਟਾਈਮ ਕੱਢਦਾ ਰਿਹਾ ਤਾਂ ਮੈਨੂੰ ਇੱਦਾਂ ਲੱਗਣ ਲੱਗ ਪਿਆ ਕਿ ਯਾਰ ਕਿੰਨੀ ਵਧੀਆ ਨਾ, ਮੈਂ ਸਵੇਰੇ ਉੱਠਦੀ ਹਾਂ, ਮੈਨੂੰ ਅੱਜ ਨਸ਼ੇ ਦੀ ਲੋੜ ਨਹੀਂ ਹੈਗੀ, ਮੈਂ ਉੱਠ ਕੇ ਨਹਾ ਰਹੀ ਹਾਂ, ਆਪਣਾ ਸਾਰਾ ਕੁਛ ਕਰ ਰਹੀ ਹਾਂ, ਮੈਨੂੰ ਨਸ਼ੇ ਦੀ ਲੋੜ ਨਹੀਂ ਹੈਗੀ। ਮੇਰੇ ਖਿਆਲ ਨਾਲ ਜ਼ਿੰਦਗੀ ਜ਼ਿਆਦਾ ਬਿਹਤਰ ਆ, ਮੈਨੂੰ ਕਿਸੇ ਦੀਆਂ ਮਿੰਨਤਾਂ ਨਹੀਂ ਕਰਨੀਆਂ ਪੈਂਦੀਆਂ ਅੱਜ ਦਾ ਦਿਨ। ਮੈਂ ਇੱਕ ਵਾਰੀ ਟਰਾਈ ਕਰਕੇ ਤਾਂ ਦੇਖਾਂ, ਨਸ਼ਾ ਛੱਡ ਕੇ ਤਾਂ ਦੇਖਾਂ, ਜੋ ਮੈਂ ਕਦੀ ਨਹੀਂ ਸੋਚਿਆ ਸੀ ਕਿ ਮੈਂ ਛੱਡ ਕੇ ਦੇਖਾਂ ਵੀ। ਫਿਰ ਮੈਂ ਉਹੀ ਕਰਨਾ ਸ਼ੁਰੂ ਕਰਤਾ, ਮੈਂ ਉਹਨਾਂ ਲੋਕਾਂ ਵਿੱਚ ਬਹਿਣਾ ਉੱਠਣਾ ਸ਼ੁਰੂ ਕਰ ਦਿੱਤਾ ਜਿਨ੍ਹਾਂ ਨੇ ਨਸ਼ਾ ਛੱਡਿਆ ਹੋਇਆ, ਜਿਨ੍ਹਾਂ ਨੂੰ ਕਈ ਕਈ ਸਾਲ ਹੋ ਗਏ। ਜਦੋਂ ਉਹ ਮੇਰੇ ਨਾਲ ਗੱਲਾਂ ਕਰਦੇ ਸੀ, ਮੈਨੂੰ ਸਮਝਦੇ ਸੀ, ਮੇਰੀਆਂ ਸੁਣਦੇ ਸੀ, ਤਾਂ ਮੈਨੂੰ ਇੱਦਾਂ ਲੱਗਣ ਲੱਗਾ ਕਿ ਸ਼ਾਇਦ ਹੁਣ ਮੇਰੀ ਜ਼ਿੰਦਗੀ ਬਦਲੂਗੀ। ਅਤੇ ਉਹੀ ਗੱਲ ਹੋਈ ਥੋੜ੍ਹੇ ਟਾਈਮ ਬਾਅਦ ਵਿੱਚ। ਟਾਈਮ ਜ਼ਰੂਰ ਲੱਗਾ ਪਰ ਹੌਲੀ ਹੌਲੀ ਮੇਰੀ ਜ਼ਿੰਦਗੀ ਬਦਲਣ ਲੱਗ ਪਈ। ਮੈਨੂੰ ਆਪਣੇ ਆਪ ਨਾਲ ਪਿਆਰ ਹੋਣ ਲੱਗ ਪਿਆ, ਮੈਨੂੰ ਆਪਣੇ ਰਿਸ਼ਤੇਦਾਰਾਂ ਨਾਲ ਪਿਆਰ ਹੋਣ ਲੱਗ ਪਿਆ, ਮੈਨੂੰ ਰਿਸ਼ਤੇ ਨਿਭਾਉਣੇ ਆਉਣ ਲੱਗ ਪਏ। ਉਹੀ ਮੈਂ ਕੁੜੀ ਸੀਗੀ ਠੀਕ ਆ, ਕਿ ਜਿਹੜਾ ਪਤਾ ਨਹੀਂ ਮੇਰੀ ਮਾਂ ਨੂੰ ਇਹ ਲੱਗਦਾ ਹੁੰਦਾ ਸੀ ਕਿ ਘਰੋਂ ਨਿਕਲੀ ਆ, ਜਾਂ ਤਾਂ ਕਿਸੇ ਥਾਣੇ ਤੋਂ ਫੋਨ ਆਊਗਾ ਤੁਹਾਡੀ ਕੁੜੀ ਚੱਕੀ ਗਈ, ਜਾਂ ਤਾਂ ਕਿਸੇ ਹੋਸਪਿਟਲ ਤੋਂ ਫੋਨ ਆਊਗਾ ਕਿ ਇੱਥੇ ਮਰੀ ਪਈ ਸੀ ਤੁਹਾਡੀ ਕੁੜੀ। ਅਤੇ ਅੱਜ ਮੈਂ ਉਹੀ ਕੁੜੀ ਹਾਂ ਕਿ ਮੇਰੀ ਮੰਮੀ ਮੈਨੂੰ ਫੋਨ ਕਰਕੇ ਮੈਨੂੰ ਇਹ ਪੁੱਛਦੇ ਆ ਕਿ ਤੂੰ ਕੁਛ ਖਾਧਾ ਕਿ ਨਹੀਂ ਖਾਧਾ, ਤੂੰ ਠੀਕ ਆ, ਤੂੰ ਕੰਮ ਕਰ ਰਹੀ ਹੈ ਕਿੱਦਾਂ, ਤੂੰ ਠੀਕ ਆ। ਅਤੇ ਆਹ ਜ਼ਿੰਦਗੀ ਮੈਨੂੰ ਬਹੁਤ ਵਧੀਆ ਲੱਗਦੀ। ਮੇਰੇ ਖਿਆਲ ਨਾਲ ਮੈਂ ਸੋਚੀ ਵੀ ਨਹੀਂ ਸੀ ਕਿ ਮੇਰੀ ਜ਼ਿੰਦਗੀ ਇੰਨੀ ਵਧੀਆ ਹੋ ਜੂਗੀ ਨਸ਼ਾ ਛੱਡ ਕੇ, ਜਾਂ ਮੈਂ ਜੀ ਪਾਊਂਗੀ। ਹੌਲੀ ਹੌਲੀ ਮੈਨੂੰ ਸੁਸਾਇਟੀ ਨੇ ਵੀ ਅਸੈਪਟ ਕਰਨਾ ਸ਼ੁਰੂ ਕਰਤਾ, ਮੈਨੂੰ ਇੱਜ਼ਤ ਮਿਲਣ ਲੱਗ ਪਈ। ਉਹ ਕੁੜੀ ਜਿਹੜੀ ਘਰ ਦੀਆਂ ਚੀਜ਼ਾਂ ਤੋੜਦੀ ਹੁੰਦੀ ਸੀ, ਅੱਜ ਘਰ ਦੀਆਂ ਚੀਜ਼ਾਂ ਬਣਾ ਰਹੀ ਆ। ਅਤੇ ਮੇਰੀ ਮਾਂ ਜਿੱਥੇ ਖੁਸ਼ ਆ ਠੀਕ ਆ, ਅਤੇ ਮੈਂ ਉੱਥੇ ਮੈਂ ਵੀ ਬਹੁਤ ਖੁਸ਼ ਹਾਂ, ਕਿਉਂਕਿ ਮੈਨੂੰ ਇੱਜ਼ਤ ਮਿਲ ਗਈ ਵਾਪਸ, ਮੈਨੂੰ ਨਾਮ ਮਿਲ ਗਿਆ ਕਿਰਨਦੀਪ। ਹੁਣ ਮੈਨੂੰ ਕਿਰਨ ਦੀਦੀ ਜਾਂ ਕਿਰਨ ਭੈਣ ਕਹਿ ਕੇ ਬੁਲਾਉਂਦੇ ਆ, ਜਿਹੜਾ ਕਿ ਮੈਨੂੰ ਬਹੁਤ ਵਧੀਆ ਲੱਗਦਾ। ਮੈਨੂੰ ਕੋਈ ਹੁਣ ਨਸ਼ੇੜਨ ਨਹੀਂ ਕਹਿੰਦਾ, ਕੋਈ ਸਮੈਕਣ ਨਹੀਂ ਕਹਿੰਦਾ ਹੈਗਾ। ਅਤੇ ਅੰਤ ਵਿੱਚ ਮੈਂ ਤੁਹਾਡੇ ਸਾਰੇ ਅੱਗੇ ਮੇਰੀ ਇਹੀ ਅਪੀਲ ਆ ਕਿ ਅਸੀਂ ਮੁੰਡਿਆਂ ਲਈ ਬਹੁਤ ਕੁਛ ਕਰ ਰਹੇ ਹਾਂ। ਇੱਕ ਕੁੜੀ ਲਈ ਨਸ਼ਾ ਕਰਨਾ ਵੀ ਔਖਾ ਆ ਅਤੇ ਨਸ਼ਾ ਛੱਡਣਾ ਵੀ ਬਹੁਤ ਔਖਾ ਆ। ਅਸੀਂ ਕੋਈ ਨਾ ਕੋਈ ਸਟੈਪ ਚੱਕੀ ਹੈ ਕਿ ਕੁੜੀਆਂ, ਸਾਡੇ ਦੇਸ਼ ਦੀਆਂ ਧੀਆਂ, ਸਪੈਸ਼ਲੀ ਪੰਜਾਬ ਦੀਆਂ ਧੀਆਂ, ਨਸ਼ੇ ਵਿੱਚ ਆਪਣੀ ਜਾਨ ਖੋ ਰਹੀਆਂ, ਜਿੱਥੇ ਮੁੰਡੇ ਖੋ ਰਹੇ ਕੁੜੀਆਂ ਵੀ ਖੋ ਰਹੀਆਂ ਹੈਗੀਆਂ ਆ। ਅਸੀਂ ਉਹਨਾਂ ਨੂੰ ਬਚਾਈਏ। ਜੇ ਕਿਸੇ ਦੇ ਪਰਿਵਾਰ ਵਿੱਚ ਇੱਦਾਂ ਦੀ ਕੋਈ ਵੀ ਧੀ ਹੈਗੀ ਆ,
ਉਹਦਾ ਉਹਨਾਂ ਨਫ਼ਰਤ ਨਾ ਕਰੋ, ਉਹਦੀ ਹੈਲਪ ਕਰੋ, ਉਹਦਾ ਪ੍ਰੋਪਰ ਇਲਾਜ ਕਰਾਓ। ਨਹੀਂ ਤਾਂ ਹਾਲਾਤ ਬਹੁਤ ਜ਼ਿਆਦਾ ਵਿਗੜ ਜਾਂਦੇ, ਬਾਅਦ ਵਿੱਚ ਵਾਪਸੀ ਪੈਣਾ ਬਹੁਤ ਮੁਸ਼ਕਿਲ ਹੋ ਜਾਂਦਾ ਆ। ਅਤੇ ਜਿਹੜੇ ਗਲਤੀ ਨਾਲ ਸ਼ੁਰੂ ਕਰ ਦਿੱਤਾ ਹੈ, ਜਿਨ੍ਹਾਂ ਨੇ ਕਰਨਾ ਉਹ ਆਪਣਾ ਟ੍ਰੀਟਮੈਂਟ ਕਰਾਓ, ਜਿਨ੍ਹਾਂ ਨੇ ਨਹੀਂ ਕੀਤਾ ਉਹ ਕਦੀ ਹੱਥ ਵੀ ਨਾ ਲਾਉਣ ਇੱਦਾਂ ਦੀ ਚੀਜ਼ ਨੂੰ। ਸਾਡਾ ਸਾਰਾ ਕੁਝ ਖਰਾਬ ਮੈਂ ਕਰ ਚੁੱਕੀ ਹਾਂ ਅਤੇ ਕਰਕੇ ਦੁਬਾਰਾ ਬਣਾਉਣ ਵਿੱਚ ਔਖਾ ਹੁੰਦਾ ਆ। ਇਸ ਤੋਂ ਪਹਿਲਾਂ ਅਸੀਂ ਸ਼ੁਰੂ ਹੀ ਨਾ ਕਰੀਏ ਕੋਈ ਵੀ ਨਸ਼ਾ, ਉਹ ਜ਼ਿਆਦਾ ਬੈਟਰ ਆ। ਹੁਣ ਮੈਂ ਵੀ ਇੱਦਾਂ ਹੀ ਕਰਦੀ ਹਾਂ ਕਿ ਜਿੱਦਾਂ ਮੈਨੂੰ ਕਿਤੇ ਪਤਾ ਲੱਗਦਾ ਕੋਈ ਧੀ ਜਾਂ ਕੋਈ ਕੁੜੀ ਇਸ ਚੀਜ਼ ਵਿੱਚ ਫਸੀ ਹੋਈ ਆ, ਤਾਂ ਮੈਂ ਉੱਥੇ ਜਾ ਕੇ ਉਹਦੀ ਹੈਲਪ ਕਰਨ ਦੀ ਕੋਸ਼ਿਸ਼ ਕਰਦੀ ਹਾਂ। ਅਤੇ ਮੇਰੀ ਸਾਰਿਆਂ ਨੂੰ ਵੀ ਇਹੀ ਬੇਨਤੀ ਆ, ਪਲੀਜ਼ ਹੈਲਪ ਕੀਤੀ ਜਾਵੇ ਜੇ ਵੀ ਕੋਈ ਨਸ਼ੇ ਵਿੱਚ ਪੈ ਗਿਆ ਆ। ਥੈਂਕ ਯੂ ਸੋ ਮਚ। ਜੇ ਮੇਰੀ ਕਹਾਣੀ ਨੇ ਨਸ਼ੇ ਛੱਡਣ ਲਈ ਤੁਹਾਨੂੰ ਪ੍ਰੇਰਿਤ ਕੀਤਾ ਹੈ ਤਾਂ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸੋ, ਅਤੇ ਹੋਰ ਇੱਦਾਂ ਦੀਆਂ ਵੀਡੀਓਜ਼ ਲਈ ਜੋਸ਼ ਟੋਕਸ ਨੂੰ ਸਬਸਕ੍ਰਾਈਬ ਕਰੋ।